ਇੱਧਰ ਆ ਗਿਆ ਜੀ ਫਾਰਮ ਟਰੈਕ 60 EPI ਕਲਾਸਿਕ ਪ੍ਰੋ ਪਾਵਰ ਮੈਕਸ T20 ਸਪੀਡ ਗੇਅਰ ਬਾਕਸ। ਜੇ ਇਹਦੀ ਗੱਲ ਕਰੀਏ, ਇਹ ਵੀ ਸਾਈਡ ਗੇਅਰ ਡਬਲ ਡਿਸਟ੍ਰੀਬਿਊਟਰ 55 HP ਦਾ ਟਰੈਕਟਰ ਹੈ ਜਿਹੜਾ ਕੰਪਨੀ ਵੱਲੋਂ ਆਇਆ। 55 HP ਦੇ ਵਿੱਚ ਤੁਸੀਂ ਰੰਗ ਰੋਗਨ ਦੇਖ ਸਕਦੇ, ਜਮਾਂ ਜੈਨੂਅਨ ਪਿਆ ਟਰੈਕਟਰ, ਤੁਸੀਂ ਚੈੱਕ ਕਰ ਸਕਦੇ ਜੀ ਕੰਡੀਸ਼ਨ ਬਿਲਕੁਲ। ਪਾਵਰ ਸਟੀਅਰਿੰਗ ਮਾਡਲ ਕਿੰਨਾ ਜੀ? ਇਹ ਮਾਡਲ 2020 ਹੈ ਜੀ, 20 ਮਾਡਲ ਟੌਪ ਮਾਡਲ ਦੇ ਵਿੱਚ ਜਿਹੜਾ ਟਰੈਕਟਰ ਆਇਆ। ਤੇ ਜੇ ਪ੍ਰਾਈਸ ਰੇਂਜ ਦੀ ਗੱਲ ਕਰੀਏ ਜੀ, ਪ੍ਰਾਈਸ ਰੇਂਜ ਦੀ ਗੱਲ ਕਰੀਏ ਭਰਾ ਜੀ, ਟਰੈਕਟਰ ਆਪਾਂ ਆਸਕਿੰਗ ਪ੍ਰਾਈਸ ਹੈ ਜੀ 680,000 ਰੁਪਇਆ। 680,000 ਰੁਪਇਆ ਡਿਮਾਂਡ ਹੈ। ਤੇ ਜੇ ਅਗਲਾ ਲੈਣ ਦੇਣ ਤੇ ਆ ਜਾਏ ਜੀ, ਕਵੇ ਮੈਨੂੰ ਤਾਂ ਕਿੰਨੇ ਦਾ ਤੁਸੀਂ ਛੱਡਣਾ ਟਰੈਕਟਰ, ਉਹ ਗੱਲ ਆਪਾਂ ਭਾਜੀ ਦੇਣਾਗੇ 6.5 ਲੱਖ ਰੁਪਇਆ। 6.5 ਲੱਖ ਰੁਪਏ ਦਾ ਫਿਰ ਤੋਂ ਛੂਟ, ਬਹੁਤ ਭਾਰੀ ਛੂਟ ਹੈ। ਤੇ 6.5 ਲੱਖ ਰੁਪਏ ਦੀ ਛੂਟ ਹੈ ਜੀ, 6.5 ਦੀ ਕਹਿ ਰਹੇ ਹਾਂ, 30,000 ਦੀ ਫਿਰ ਛੂਟ ਹੈ। ਤੇ 6.5 ਚ ਜਿਹੜਾ ਟਰੈਕਟਰ ਛੱਡ ਦੇਣਗੇ। ਅਗਲੇ ਬੰਨੇ ਨਿਊ ਹੋਲੈਂਡ ਦਾ ਸੁਪਰ ਮਾਡਲ ਆ ਗਿਆ 36। ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਯੂਟਿਊਬ ਚੈਨਲ ਤੇ ਫੇਸਬੁੱਕ ਪੇਜ ਤੇ। ਹਮੇਸ਼ਾ ਡਿਮਾਂਡ ਰਹਿੰਦੀ ਹੈ ਯਾਰ ਟਰੈਕਟਰਾਂ ਦੀ, ਫਾਰਮ ਟਰੈਕ ਦੀ ਹਮੇਸ਼ਾ ਹੀ ਡਿਮਾਂਡ ਰਹਿੰਦੀ ਹੈ, 60-55, 60-55, 60-60, 45-50 ਹਨਾ। ਤੇ ਅੱਜ ਬਾਈ ਰਮਨ ਸ਼ਰਮਾ ਜੀ ਸ਼ੋਪ ਦੇ ਉੱਤੇ ਖੜੇ ਨੇ, ਤੇ ਬਾਈ ਨਾਲ ਕਰਦੇ ਹਾਂ ਗੱਲਬਾਤ, ਕੀ ਮਾਡਲ ਹੈ, ਕੀ ਪ੍ਰਾਈਜ਼ ਹੈ, ਕਿੰਨੇ ਚੱਲੇ ਨੇ, ਹੋਰ ਕੀ ਹਾਲ ਚਾਲ ਹੈ ਬਾਈ ਜੀ? ਵਧੀਆ ਵਧੀਆ ਵੀਰ ਜੀ। ਤੇ ਬਾਈ ਆਪਾਂ ਪਹਿਲਾਂ ਗੱਲ ਕਰਦੇ ਹਾਂ 60-55 ਦੀ ਫਾਰਮ ਟਰੈਕ, ਤੇ ਜੇ ਮਾਡਲ ਦੀ ਗੱਲ ਕਰੀਏ ਕਿੰਨਾ ਮਾਡਲ ਹੈ ਜੀ? ਮਾਡਲ 2013 ਹੈ ਜੀ। ਅੱਛਾ ਜੀ, 2013 ਮਾਡਲ ਹੈ। ਤੇ ਜੇ ਟਾਇਰਾਂ ਦੀ ਗੱਲ ਕਰੀਏ, ਕਿੰਨੇ ਪਰਸੈਂਟ ਟਾਇਰ ਪਏ ਨੇ? ਪਾਵਰ ਸਟੀਅਰਿੰਗ ਦੇ ਵਿੱਚ ਡਬਲ ਡਿਸਟ੍ਰੀਬਿਊਟਰ ਚ ਜੀ, ਹਨਾ, ਨਾਲ ਦਾ ਚੌਕਾ ਜੀ, ਨਾਲ ਦੇ ਟਾਇਰ ਨੇ, ਨਾਲ ਦੇ ਸੁਪਰ ਮੈਕਸ ਦੇ ਵਿੱਚ ਪਾਵਰ ਸਟੀਅਰਿੰਗ, ਮਲਟੀ ਸਪੀਡ ਰਿਵਰਸ PTO ਹੈ। ਤੇ ਸਾਰੇ ਫੰਕਸ਼ਨ ਨੇ, ਸਾਰੇ ਫੰਕਸ਼ਨ ਨੇ ਨਾ, ਛੋਟਾ ਟਰੈਕਟਰ ਹੈ ਜੀ। ਤੇ ਜੇ ਗੱਲ ਕਰੀਏ ਪ੍ਰਾਈਸ ਰੇਂਜ ਦੀ, ਹੁਣ ਪ੍ਰਾਈਸ 4.25 ਲੱਖ ਰੁਪਏ ਡਿਮਾਂਡ ਕਰ ਜੇ 13 ਮਾਡਲ ਦੀ। ਅੱਛਾ ਜੀ, ਇੰਟਰ ਦੇ ਦਾਂਗੇ ਆਪਾਂ 4 ਲੱਖ ਰੁਪਏ ਦਾ ਜੀ। ਹਾਂ ਨਾ, 4 ਲੱਖ ਚ ਹਾਂ ਨਾ ਦਾ ਤੁਸੀਂ ਦੇ ਦੋਗੇ, 25,000 ਦੀ ਛੂਟ ਆ ਪਹਿਲੇ ਟਰੈਕਟਰ ਦੇ ਉੱਤੇ। ਤੇ ਅਗਲੇ ਬੰਨੇ ਆ ਗਿਆ ਜੀ ਫਾਰਮ ਟਰੈਕ 60-60, 12 ਮਾਡਲ ਆ ਗਿਆ ਜੀ, 4 ਸਿਲੰਡਰ ਦੇ ਵਿੱਚ ਆਉਂਦਾ, ਡਬਲ ਡਿਸਟ੍ਰੀਬਿਊਟਰ ਹੈ, ਪਾਵਰ ਸਟੀਅਰਿੰਗ ਹੈ, ਕੰਪਨੀ ਵੱਲੋਂ ਹੀ ਆਉਂਦਾ, ਨਾਲੇ ਪਾਵਰ ਸਟੀਅਰਿੰਗ ਵੀ। ਅਗਲੇ ਟਾਇਰ ਨਵੇਂ ਨੇ, ਪਿਛਲੇ ਨਾਲ ਦੇ ਨੇ? ਅੱਛਾ, ਪਿਛਲੇ ਨਾਲ ਦੇ ਆ ਜੀ, ਤੇ ਅਗਲੇ ਨਵੇਂ ਪਏ ਹੋਏ ਆ ਜੀ, ਸਾਰਾ ਕੰਮ ਕਲੀਅਰ ਹੈ। ਤੇ ਜੇ ਗੱਲ ਕਰੀਏ ਇਹਦੇ ਪ੍ਰਾਈਸ ਰੇਂਜ ਦੀ ਤੇ ਕੰਡੀਸ਼ਨ ਦਾ, ਬਿਲਕੁਲ ਓਕੇ ਜੀ, ਬਿਲਕੁਲ ਜਮਾ ਇੱਕ ਨੰਬਰ ਪਈ ਨਾ, ਕੋਈ ਦਿੱਕਤ ਨਹੀਂ, ਚਲਾ ਕੇ ਲੈ ਜਾਣਗੇ, ਤਸੱਲੀ ਕਰਕੇ ਲਿਆਓ। ਤੇ ਪ੍ਰਾਈਸ ਰੇਂਜ ਦੀ ਜੇ ਗੱਲ ਕਰੀਏ, ਪ੍ਰਾਈਸ ਰੇਂਜ ਦੀ 3,75,000 ਰੁਪਏ ਆਸਕਿੰਗ ਪ੍ਰਾਈਸ ਹੈ ਜੀ। ਅੱਛਾ ਜੀ, ਤੇ ਇਹਦੇ ਤੇ ਆਪਾਂ ਸ਼ੂਟ ਕਰ ਦਾਂਗੇ ਵੀਰ ਜੀ 3,45,000 ਰੁਪਏ ਦੇ ਦਾਂਗੇ, 3,45,000 ਦਾ ਬਾਈ ਛੱਡ ਦੇਣਗੇ। ਤੇ ਇੱਧਰ ਆ ਗਿਆ ਜੀ ਫਾਰਮ ਟਰੈਕ 60 EPI ਕਲਾਸਿਕ ਪ੍ਰੋ ਪਾਵਰ ਮੈਕਸ T20 ਸਪੀਡ ਗੇਅਰ ਬਾਕਸ। ਜੇ ਇਹਦੀ ਗੱਲ ਕਰੀਏ, ਇਹ ਵੀ ਸਾਈਡ ਗੇਅਰ ਡਬਲ ਡਿਸਟ੍ਰੀਬਿਊਟਰ, 55 HP ਦਾ ਟਰੈਕਟਰ ਹੈ ਜਿਹੜਾ ਕੰਪਨੀ ਵੱਲੋਂ ਆਇਆ। 55 HP ਦੇ ਵਿੱਚ ਤੁਸੀਂ ਰੰਗ ਰੋਗਨ ਦੇਖ ਸਕਦੇ, ਜਮਾਂ ਜੈਨੂਅਨ ਪਿਆ ਟਰੈਕਟਰ, ਤੁਸੀਂ ਚੈੱਕ ਕਰ ਸਕਦੇ ਜੀ ਕੰਡੀਸ਼ਨ ਬਿਲਕੁਲ। ਪਾਵਰ ਸਟੀਅਰਿੰਗ ਮਾਡਲ ਕਿੰਨਾ ਜੀ? ਇਹ ਮਾਡਲ 2020 ਹੈ ਜੀ, 20 ਮਾਡਲ ਟੌਪ ਮਾਡਲ ਦੇ ਵਿੱਚ ਜਿਹੜਾ ਟਰੈਕਟਰ ਆਇਆ। ਤੇ ਜੇ ਪ੍ਰਾਈਸ ਰੇਂਜ ਦੀ ਗੱਲ ਕਰੀਏ ਜੀ, ਪ੍ਰਾਈਸ ਰੇਂਜ ਦੀ ਗੱਲ ਕਰੀਏ ਭਰਾ ਜੀ, ਟਰੈਕਟਰ ਆਪਾਂ ਆਸਕਿੰਗ ਪ੍ਰਾਈਸ ਹੈ ਜੀ 680,000 ਰੁਪਇਆ। 680,000 ਰੁਪਇਆ ਡਿਮਾਂਡ ਹੈ। ਤੇ ਜੇ ਅਗਲਾ ਲੈਣ ਦੇਣ ਤੇ ਆ ਜਾਏ ਜੀ, ਕਵੇ ਮੈਨੂੰ ਤਾਂ ਕਿੰਨੇ ਦਾ ਤੁਸੀਂ ਛੱਡਣਾ ਟਰੈਕਟਰ, ਉਹ ਗੱਲ ਆਪਾਂ ਭਾਜੀ ਦੇਣਾਗੇ 6.5 ਲੱਖ ਰੁਪਏ। 6.5 ਲੱਖ ਰੁਪਏ ਦਾ ਫਿਰ ਤੋਂ ਛੂਟ, ਬਹੁਤ ਭਾਰੀ ਛੂਟ ਹੈ। ਤੇ 6.5 ਲੱਖ ਰੁਪਏ ਦੀ ਛੂਟ ਹੈ ਜੀ, 6.5 ਦੀ ਕਹਿ ਰਹੇ ਹਾਂ, 30,000 ਦੀ ਫਿਰ ਛੂਟ ਹੈ। ਤੇ 6.5 ਚ ਜਿਹੜਾ ਟਰੈਕਟਰ ਛੱਡ ਦੇਣਗੇ। ਅਗਲੇ ਬੰਨੇ ਨਿਊ ਹੋਲੈਂਡ ਦਾ ਸੁਪਰ ਮਾਡਲ ਆ ਗਿਆ 36-30, ਪਾਵਰ ਸਟੀਅਰਿੰਗ ਦੇ ਵਿੱਚ ਹੈ। ਜੇ ਗੱਲ ਕਰੀਏ ਡਬਲ ਡਿਸਟ੍ਰੀਬਿਊਟਰ, ਟਾਇਰ ਪੂਰੇ ਵਧੀਆ ਪਏ ਨੇ, ਦੇਖ ਸਕਦੇ ਨਵੇਂ ਟਾਇਰ ਨੇ, ਤੁਸੀਂ ਚੈੱਕ ਕਰ ਸਕਦੇ ਜੇ ਕੋਈ ਕਮੀ ਪੇਸ਼ੀ ਨਹੀਂ, ਕੱਟ ਵਗੈਰਾ ਹੈ ਨਹੀਂ, ਪੱਕੇ ਟਾਇਰ ਹੈ, ਬੇਦਾਗ ਹੈ, ਸਾਈਡ ਗੇਅਰ ਦੇ ਨਾਲ ਹੈ। ਤੇ ਜੇ ਗੱਲ ਕਰੀਏ ਜੀ ਕਿੰਨਾ ਮਾਡਲ ਹੈ ਜੀ? ਮਾਡਲ 2021 ਦੇ ਮਾਰਕੇ ਨੇ ਜੀ। ਅੱਛਾ, 21 ਦੇ ਮਾਰਕੇ ਨੇ, 22 ਦੀ ਕਾਪੀ ਹੈ, ਨਿਕਲਿਆ ਵੀ 22 ਚ ਹੈ, 21 ਦੇ ਮਾਰਕੇ ਨੇ, ਨਿਕਲਿਆ 22 ਚ ਹੈ, RC 22 ਦੀ ਹੈ।
ਠੀਕ ਹੈ ਜੀ ਬਾਈ, ਮਾਡਲ ਆਪਾਂ ਕਵਾਂਗੇ ਵੈਸੇ ਮਾਰ ਕੇ 21 ਦੇ ਨੇ। ਅੱਛਾ, ਮਾਰ ਕੇ 21 ਦੇ ਨੇ, ਹਾਂ। ਤੇ ਬਾਕੀ ਨਾਮ ਵਗੈਰਾ ਤਾਂ ਹੋ ਹੀ ਜਾਂਦੇ ਬਾਈ ਅੱਗੇ ਜਿਵੇਂ ਦੱਸਿਆ ਵੀਡੀਓ ਦੇ ਵਿੱਚ, ਕੋਈ ਦਿੱਕਤ ਨਹੀਂ। ਤੇ ਜੇ ਗੱਲ ਕਰੀਏ ਰਿਵਰਸ ਪੀਟੀਓ ਦੇ ਨਾਲ ਰਾਈਟਰ ਹੈ ਤੇ ਕੀ ਡਿਮਾਂਡ ਕੀ ਦੀ ਕੀ ਹੈ ਜੀ? ਇਹਦੀ ਡਿਮਾਂਡ ਭਾਜੀ ਇਹਦੀ ਹੈ 7,45,000 ਰੁਪਇਆ। ਅੱਛਾ ਜੀ, ਟਰੈਕਟਰ ਆਪਾਂ ਦੇ ਦਾਂਗੇ ਜੀ 7,00,000 ਰੁਪਏ ਦਾ, ਪੂਰਾ 7 ਦਾ। ਦੇਖ ਲੋ ਜੀ ਵੀਡੀਓ ਦੇ ਵਿੱਚ ਜਿਨ੍ਹਾਂ ਨੇ ਵੇਖ ਲੈਣਾ ਵੀ ਇੰਨੇ ਇੰਨੇ ਛੂਟ ਆ, ਬਾਅਦ ਚ ਉਹਨਾਂ ਨੇ ਆ ਕੇ ਕਹਿਣਾ ਵੀ ਹੈ ਜੀ ਸਾਨੂੰ ਇੰਨੇ ਦਾ ਦਿਓ ਜੀ, ਜਿਹੜੀ ਗੱਲ ਕਹਿਤੀ ਉਹ ਤੋਂ ਪਿੱਛੇ ਨਹੀਂ ਹਟਦੇ। ਠੀਕ ਹੈ ਜੀ, ਪੱਕੀ ਗੱਲ ਰੱਖਿਆ ਜੀ, ਪੱਕੀ ਪੱਕੀ। ਕਿਤੇ ਬਾਅਦ ਚ ਫੋਨ ਕਰ ਕਰਕੇ ਕਹਿਣ ਵੀ ਇੰਨੀ ਕਹਿਤੀ ਤੁਸੀਂ ਤਾਂ ਵੀਡੀਓ ਦੇ ਵਿੱਚ, ਬਾਅਦ ਚ ਛੁੱਟਾਂ ਚ ਕਹਿਣ, ਕੋਈ ਚੱਕਰ ਨਹੀਂ, ਕੋਈ ਚੱਕਰ ਨਹੀਂ ਜੀ। ਤੇ ਵੀਡੀਓ ਨੂੰ ਸ਼ੇਅਰ ਕਰੀ ਚਲੇ। ਆ ਅਰਜਨ 605 ਆ ਗਿਆ DI ਅਲਟਰਾ 1 ਮਹਿੰਦਰਾ ਦਾ, ਤੇ ਫਸਟ ਪਾਰਟੀ ਦਾ ਫਤਿਹਾਬਾਦ ਨੰਬਰ ਲੋਕਲ। ਅੱਛਾ ਜੀ, ਲੋਕਲ ਨੰਬਰ ਹੈ। ਘੋੜਾ ਬੈਂਪਰ ਲੱਗਾ, ਪਾਵਰ ਸਟੀਅਰਿੰਗ ਦੇ ਵਿੱਚ ਹੈ। ਆ ਜਿਹੜੀ ਉੱਤੇ ਪੇਟੀ ਲੱਗੀ ਹੈ ਜੀ, ਇਹ ਵੀ ਨਾਲ ਹੀ ਆ? ਬਿਲਕੁਲ ਨਾਲ ਹੀ ਆ ਜੀ, ਛਤਰੀ ਤੇ ਪੇਟੀ ਯੂ ਸਾਰਾ ਕੁਝ ਨਾਲ ਹੈ, ਚੱਲਦਾ ਸਭ ਕੁਝ। ਠੀਕ ਹੈ, ਚੱਲਦਾ, ਇਹ ਨਹੀਂ ਹੈਗਾ ਵੀ ਸ਼ੋਅ ਨੂੰ ਲਾਇਆ, ਚੱਲਦਾ ਸੈਂਟਰ ਗੇਅਰ ਦੇ ਨਾਲ ਹੈ। ਜੇ ਗੱਲ ਕਰੀਏ 605 DI ਦੀ, ਕਿੰਨਾ ਮਾਡਲ ਹੈ ਜੀ ਇਹ? ਹੈ ਭਾਜੀ ਤੇ 22 ਮਾਡਲ ਹੈ, 22 ਮਾਡਲ ਹੈ। ਫਤਿਹਾਬਾਦ ਨੰਬਰ ਹੈ, ਫਤਿਹਾਬਾਦ ਨੰਬਰ ਹੈ ਜੀ। ਆਪਣੇ ਨਾਮ ਹੈ, ਮੇਰਾ ਖੁਦ ਦਾ ਟਰੈਕਟਰ ਹੈ, ਘਰ ਦਾ। ਅੱਛਾ, ਘਰ ਦਾ ਟਰੈਕਟਰ ਹੈ, ਹਾਂ, ਫਸਟ ਪਾਰਟੀ ਦਾ। ਫਸਟ ਪਾਰਟੀ ਦਾ, ਹਾਂ ਜੀ। ਤੁਸੀਂ ਆਪ ਹੀ ਕਢਵਾਇਆ ਸੀ? ਆਪ ਹੀ ਕਢਵਾਇਆ, ਪਹਿਲੀ ਪਾਰਟੀ ਦਾ ਖੁਦ ਦੇ ਨਾਮ ਹੈ, ਆਪਣਾ ਘਰੂ ਚੱਲਿਆ ਟਰੈਕਟਰ, ਸਾਰਾ ਕੁਝ ਨਾਲ ਹੀ ਦੇਵਾਂਗੇ ਜਿਵੇਂ ਦਿੱਤਿਆ ਜਚਾਇਆ। ਅੱਛਾ ਜੀ, ਟਰੈਕਟਰ ਚੱਲਿਆ ਸਾਰਾ 300-400 ਘੰਟੇ ਆ, 300-400 ਘੰਟਾ ਚੱਲਿਆ ਸਾਰਾ ਹੀ, ਹਾਂ। ਤੇ ਜੇ ਗੱਲ ਕਰੀਏ 22 ਮਾਡਲ ਹੈ, ਤੇ ਡਿਮਾਂਡ ਦੀ ਗੱਲ ਕਰੀਏ, ਡਿਮਾਂਡ ਭਾਜੀ ਇਹ ਹੈ 6,85,000 ਰੁਪਏ ਦਾ। 6,85,000 ਰੁਪਇਆ ਡਿਮਾਂਡ ਹੈ, ਤੇ ਲੈਣ ਦੇਣ ਵਾਲੀ ਗੱਲ ਜੀ, ਅਗਲਾ 6,00,000 ਰੁਪਏ ਦਾ ਦੇ ਦਾਂਗੇ, 6,50,000 ਰੁਪਏ ਦਾ ਬਾਈ ਕਹਿੰਦੇ ਛੱਡ ਦਾਂਗੇ ਰਾਈਟਰ। ਵੇਖੋ ਚਿਲਕਾ ਮਾਰੀ ਜਾਂਦਾ ਰਾਈਟਰ, ਤੇ ਆਓ ਇੱਕ ਵਾਰੀ ਤੇ ਬਾਈ ਨਾਲ ਕਰ ਲਿਆ ਜੀ, ਬਾਕੀ ਫੋਨ ਤੇ ਗੱਲ ਜੇ ਕਿਸੇ ਨੇ ਦੂਰੋਂ ਆਉਣਾ ਹਨਾ। ਤੇ ਅਗਲੇ ਬੰਨੇ ACE 6,55,000 ਇਹ ਕਿੰਨੇ HP ਦਾ ਰਾਈਟਰ ਹੈ ਜੀ? 6,55,000 HP ਦਾ ਰਾਈਟਰ ਹੈ ਜੀ, 21 ਮਾਡਲ, 21 ਮਾਡਲ ਹੈ। ਤੇ ਜੇ ਟਾਇਰਾਂ ਦੀ ਗੱਲ ਕਰੀਏ, ਨਾਲ ਦੇ ਟਾਇਰ ਬਾਈਆਂ ਕੋਲੋਂ ਜ਼ਿਆਦਾਤਰ ਤੁਹਾਨੂੰ ਟੌਪ ਮਾਡਲ ਪਲੱਸ ਨਾਲ ਦੇ ਟਾਇਰਾਂ ਨਾਲ ਟਰੈਕਟਰ ਮਿਲਣਗੇ, ਟੌਪ ਮਾਡਲ ਨੇ। ਤੇ ਜੇ ਗੱਲ ਕਰੀਏ ਡਿਮਾਂਡ ਦੀ ਜੀ, ਡਿਮਾਂਡ ਦੀ 4,95,000 ਜੀ, 4,95,000 ਰੁਪਇਆ ਡਿਮਾਂਡ ਹੈ। ਲੈਣ ਦੇਣ ਵਾਲੀ ਗੱਲ ਜੇ ਅਗਲਾ ਕਰੇ ਜੀ, ਲੈਣ ਦੇਣ ਵਾਲੀ ਗੱਲ ਕਰੋਗੇ ਭਾਜੀ, ਆਪਾਂ ਟਰੈਕਟਰ ਦੇ ਦਾਂਗੇ 4,50,000 ਦਾ। 4,50,000 ਦਾ ਜੇ ਗੱਲ ਕਰੀਏ, ਇਹਦੇ ਵਿੱਚ ਛੂਟ ਤੁਸੀਂ ਕਿੰਨੇ ਦੀ ਕਰਤੀ ਜੀ? 45,000 ਦੀ ਛੂਟ ਹੋ ਗਈ ਜੀ। 45,000 ਰੁਪਇਆ ਥੋੜਾ ਨਹੀਂ ਹੁੰਦਾ ਛੂਟ ਦੇ ਵਿੱਚ ਬਈ, 45,000 ਕੋਈ ਵੀ ਮੰਡੀ ਦੇ ਵਿੱਚ ਤੁਸੀਂ ਚੱਲ ਜਾਏ, 45,000 ਦੀ ਛੂਟ ਅੱਜ ਸੀ ਤਾਂ ਕਿਸੇ ਡੀਲਰ ਨੇ ਨਹੀਂ ਕੀਤੀ ਗੀ, ਮੈਂ ਜਾਂਦਾ ਰਹਿੰਦਾ, ਤੁਸੀਂ ਮੇਰੀਆਂ ਜੇ ਵੀਡੀਓ ਦੇਖਦੇ, ਜੇ 45,000 ਦੀ ਛੂਟ ਨਹੀਂ ਹੋਈ ਹਜੇ ਤੱਕ, ਮੈਂ ਵੀਡੀਓ ਪਾਉਣਾ ਡੇਲੀ। ਤੇ ਵੀਡੀਓ ਲਾਈਕ ਸ਼ੇਅਰ ਕਰਿਆ ਜੇ। ਅਗਲੇ ਬੰਨੇ ਆ ਗਿਆ ਫੋਰਡ 3630, ਨਿਊ ਹੋਲੈਂਡ ਦਾ ਫੋਰਡ ਹੈ, ਤੇ ਜਿਹੜਾ ਉਦੋਂ ਡਿਜ਼ਾਈਨ ਹੋਇਆ ਸਾਰਿਆਂ ਨਾਲੋਂ ਪਹਿਲੀਆਂ ਦੇ ਵਿੱਚ। ਇਹ ਕਿੰਨਾ ਮਾਡਲ ਹੈ ਜੀ? ਇਹ 2002 ਮਾਡਲ ਹੈ ਜੀ। ਤੇ ਸਿੰਪਲ, ਬਿਲਕੁਲ ਨਵਾਂ ਟਰੈਕਟਰ ਹੈ ਜੀ। ਅੱਛਾ ਜੀ, ਮਤਲਬ ਇੰਜਨ ਗੇਅਰ ਦਾ ਚੇਸੀ ਦਾ ਰੰਗ ਨਾਲ ਦਾ ਹੈ, ਨਾਲ ਦਾ ਸਾਰਾ ਰੰਗ, ਹਾਂ। ਤੇ ਜੇ ਗੱਲ ਆ ਜਿਹੜੀ ਗੱਲ ਹੈ, ਆ ਥੋੜਾ ਜਿਹਾ ਤਿਆਰ ਹੈ ਇਧਰੋਂ। ਅੱਛਾ, ਇਧਰੋਂ ਤਿਆਰ, ਬਿਲਕੁਲ, ਬਾਕੀ ਸਭ ਨਾਲ ਦਾ ਹੈ, ਸਾਰੇ ਮਗਰਾਟ ਮਗਰੋਟ, ਬਿਲਕੁਲ ਕਿਤੇ ਵੀ ਕੋਈ ਜ਼ਰ ਦਿਖਾ ਦਿਓ ਟਰੈਕਟਰ ਤੇ, ਕਿਤੇ ਕੋਈ ਜ਼ਰ ਨਹੀਂ ਗਾ। ਬਾਕੀ ਆ ਸਾਰਾ ਓਰੀਜਨਲ, ਆ ਥੋੜਾ ਜਿਹੜਾ ਬਾਈ ਨੇ ਕਿਹਾ ਤਿਆਰ ਕਰਾ, ਪਹਿਲੇ ਟਾਈਮ ਵਿੱਚ ਸਾਲਾ ਲੋਹਾ ਆਉਂਦਾ ਸੀ, ਲੋਹਾ ਹੀ ਬੜਾ ਮਜ਼ਬੂਤ ਸੀ, ਰੰਗ ਸਾਲਾ ਉੱਡਦਾ ਹੀ ਨਹੀਂ। ਅੱਛਾ ਜੀ, ਤੇ ਜੇ ਗੱਲ ਕਰੀਏ ਆਪਾਂ ਪ੍ਰਾਈਸ ਰੇਂਜ ਦੀ, ਤੇ ਮਾਡਲ ਕਿੰਨਾ ਜੀ? ਪ੍ਰਾਈਸ ਭਾਜੀ 2002 ਮਾਡਲ ਹੈ, ਪ੍ਰਾਈਸ ਇਹਦਾ ਰੱਖਿਆ ਆਪਾਂ 3.5 ਲੱਖ ਰੁਪਇਆ, 4 ਟਾਇਰ ਨਵੇਂ ਨੇ, ਬਿੱਲ ਚਾਹੋ ਬਿੱਲ ਮਿਲ ਜਾਏਗਾ। ਹਾਂਜੀ ਬਿਲਕੁਲ, ਜੇ ਮੈਂ ਕਹਿੰਦਾ ਵੀ ਆ ਟਾਇਰ ਮੇਰੇ ਨਾਲ 16 ਦੇ ਹੋਣਗੇ, 16 ਹਾਂ, ਤੇ 16 ਦੇ ਟਾਇਰਾਂ ਦੀ ਜੋੜੀ 60-70,000 ਦੀ ਤਾਂ ਹੋਣੀ, 75,000 ਰੁਪਏ ਦੀ ਜੋੜੀ ਹੈ ਜੀ ਪਿਛਲੀ, 75,000 ਦੀ ਜੋੜੀ ਹੈ। ਤੇ ਤੁਸੀਂ ਪ੍ਰਾਈਸ ਕੀ ਮੰਗਿਆ ਜੀ ਇਹਦਾ? 3.5 ਲੱਖ, 3.5 ਲੱਖ ਤਾਂ ਪ੍ਰਾਈਸ ਮੰਗਿਆ, ਕਿੰਨੇ ਦਾ ਲੈਣ ਦੇਣ ਵਾਲੀ ਗੱਲ ਹੈ? 3.5 ਲੱਖ ਦਾ ਟਰੈਕਟਰ, 3.5 ਦੇ ਵਿੱਚੋਂ ਤੁਸੀਂ 70,000 ਦੇ ਜਿਹੜੇ ਨਵੇਂ ਟਾਇਰ ਨੇ ਨਾ ਕੋਈ ਕੱਟ ਦੋ ਤਾਂ ਫਿਰ ਵੀ ਟਰੈਕਟਰ ਵੇਖੋ, ਸਾਰਾ ਟਰੈਕਟਰ ਖੜਾ, ਹਾਂ ਸਾਰਾ ਟਰੈਕਟਰ ਖੜਾ, ਨਾਲੇ ਵਧੀਆ ਟਰੈਕਟਰ ਆ, ਕਿਤੇ ਕੋਈ ਆਵਾਜ਼ ਨਹੀਂ, ਕੋਈ ਡੈਕਸਨਾਂ ਦੀ ਆਵਾਜ਼ ਨਹੀਂ,
ਕੋਈ ਲਿਫਟ ਪ੍ਰੋਬਲਮ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ।